ਦਮਦਮੀ ਟਕਸਾਲ ਦੇ 13ਵੇਂ ਮੁਖੀ ਸੰਤ ਕਰਤਾਰ ਸਿੰਘ ਖਾਲਸਾ ਪਿੰਡਰਾ ਵਾਲਿਆਂ ਦੇ ਭਤੀਜੇ ਅਤੇ ਸੰਤ ਸਮਾਜ ਦੇ ਮੁੱਖ ਬੁਲਾਰੇ ਭਾਈ ਬਲਵਿੰਦਰ ਸਿੰਘ ਖਾਲਸਾ ਦਾ ਬਟਾਲਾ ਪੁਲਿਸ ਅਧੀਨ ਪੈਂਦੇ ਕਸਬਾ ਘੁਮਾਣ ਦੇ ਨਜ਼ਦੀਕ ਗੁਰਦੁਆਰਾ ਸਾਹਿਬ ਦੇ ਵਿੱਚ ਕਤਲ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ 22 ਸਾਲਾ ਚੇਲੇ ਰਮਨਜੀਤ ਸਿੰਘ ਵੱਲੋਂ ਹੀ ਭਾਈ ਬਲਵਿੰਦਰ ਸਿੰਘ ਦਾ ਕਤਲ ਕੀਤਾ ਗਿਆ ਹੈ। ਪਰਿਵਾਰਕ ਮੈਂਬਰਾਂ ਨੇ ਇਨਸਾਫ ਦੀ ਗੁਹਾਰ ਲਗਾਉਂਦਿਆਂ ਮਾਮਲੇ ਦੀ ਬਰੀਕੀ ਦੇ ਨਾਲ ਜਾਂਚ ਕਰਨ ਦੀ ਮੰਗ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਖਦਸ਼ਾ ਜਤਾਇਆ ਜਾ ਰਿਹਾ ਕਿ ਕਿਸੇ ਦੇ ਕਹਿਣ 'ਤੇ ਕਤਲ ਕੀਤਾ ਗਿਆ ਹੈ। ਦੂਜੇ ਪਾਸੇ ਪੁਲਿਸ ਦੇ ਵੱਲੋਂ ਫਰਾਰ ਚੇਲੇ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਗੁਰਦਾਸਪੁਰ ਤੋਂ ਲਵਪ੍ਰੀਤ ਖੁਸ਼ੀਪੁਰ ਦੀ ਰਿਪੋਰਟ। ਮਹਾਰਾਜ ਸਾਡੇ ਗੁਰਦੁਆਰੇ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੀ। ਬਹੁਤ ਮਾੜੀ ਗੱਲ ਕਰ ਗਿਆ ਚੇਲਾ, ਨਾਲ ਆਉਂਦਾ ਹੀ ਚੱਲ ਜਾਂਦਾ, ਆਉਂਦਾ ਹੀ ਚੱਲ ਜਾਂਦਾ ਜੀ। ਬਹੁਤ ਮਾੜੀ ਗੱਲ ਹੋਈ ਹੈ ਜੀ। ਉਹ ਟਾਈਮ 'ਤੇ ਸਵਾਸ ਹੈ ਨਹੀਂ ਸੀ, ਜਦੋਂ ਅਸੀਂ ਆਏ ਅਸੀਂ 15-20 ਮਿੰਟ ਦੇ ਵਿੱਚ ਹੀ ਆ ਗਏ ਅਤੇ ਸਵਾਸ ਹੈ ਨਹੀਂ, ਸਵਾਸ ਛੱਡ ਗਏ। ਇਹ ਖੰਜਰ ਜਾਪਦਾ ਜੀ, ਇੱਕ ਪੇਟ ਲੈ ਗਿਆ ਅਤੇ ਘੁਮਾਇਆ ਉਹਨਾਂ ਦੀ ਲੈ ਕੇ ਗਿਆ ਜੀ। ਅਸੀਂ ਪ੍ਰਸ਼ਾਸਨ ਨੂੰ ਇਹ ਅਪੀਲ ਕਰਦੇ ਹਾਂ ਜੀ, ਮਹਾਰਾਜ ਇਹਦਾ ਸਾਨੂੰ ਨਿਸ਼ਾਨ ਮਿਲਣਾ ਚਾਹੀਦਾ ਜੀ। ਤਕਰੀਬਨ 17-18 ਸਾਲ ਦੀ ਜਾਪਦੀ, ਇਹ ਕਾਦੀਆਂ ਏਰੀਏ ਦਾ ਜੀ, ਕਦੀ ਆਈ ਨਾ ਕਦੀ ਚੱਲ ਜਾਂਦਾ ਜੀ। ਅਸਲ 'ਚ ਮੇਰੇ ਖਿਆਲ ਪੱਕਾ ਨਹੀਂ ਸੀ ਰਹਿੰਦਾ ਜੋ ਮੈਨੂੰ ਇੱਥੋਂ ਦੱਸਿਆ ਇਹਨਾਂ ਨੇ, ਉਹ ਕਦੇ ਕਦੇ ਇੱਥੇ ਨਾਲ ਆਉਂਦਾ ਸੀ ਅਤੇ ਉਹ ਰਹਿੰਦਾ ਸੀ। ਜਿਸ ਤਰ੍ਹਾਂ ਨਾ ਕੱਲ੍ਹ ਰਾਤੀ ਮੈਨੂੰ ਮੁੰਡਿਆਂ ਨੇ ਦੱਸਿਆ ਨੇ, ਅੰਮ੍ਰਿਤਪਾਲ ਨੇ, ਅਤੇ ਉਹ ਕੱਲ੍ਹ ਗ੍ਰਹਿ ਵੀ ਕਰਾਉਂਦਾ ਰਿਹਾ ਨਾਲ, ਅੱਗੇ ਵੀ ਆਣ ਕੇ ਰਹਿੰਦਾ ਰਿਹਾ ਇੱਥੇ। ਸੋ ਮੈਂ ਸਮਝਦਾ ਹੈ ਕਿ ਕਿਸੇ ਨੇ ਜਦੋਂ ਕਿਸੇ ਕੋਈ ਰੜਕਦਾ ਹੋਵੇ ਨਾ ਕਿਸੇ ਦੀ ਕੋਈ ਨਿਗਾਹ 'ਚ, ਭਾਵੇਂ ਕਿਸੇ ਲੈਵਲ 'ਤੇ ਧਾਰਮਿਕ ਹੋਵੇ ਜਾਂ ਰਾਜਨੀਤਿਕ ਹੋਵੇ ਜਾਂ ਹੋਰ ਵੀ ਕਈ ਕਾਰਨ ਹੋ ਸਕਦੇ ਆ, ਅਤੇ ਉਹ ਫਿਰ ਨਾਲ ਦੇ ਬੰਦੇ ਨੂੰ ਖਰੀਦ ਕੇ ਹੀ ਉਹਨੂੰ ਮਰਵਾ ਦਿੰਦੇ ਹੁੰਦੇ ਆ। ਮੇਰੇ ਮੈਨੂੰ 100% ਲੱਗਦਾ, ਕਿਉਂਕਿ ਮੇਰਾ ਬੜਾ ਤਜਰਬਾ, ਕਿਉਂਕਿ ਨਿੱਕੀ ਮੋਟੀ ਗੱਲ ਤੋਂ ਕੋਈ ਕਿਸੇ ਨੂੰ ਮਾਰ ਨਹੀਂ ਆਉਂਦਾ ਹੁੰਦਾ, ਨਿੱਕੀ ਮੋਟੀ ਗੱਲ ਤੋਂ ਨਹੀਂ ਕੋਈ ਕਿਸੇ ਨੂੰ ਮਾਰਦਾ ਐਵੇਂ, ਕੋਈ ਇੱਕ ਦੂਜੇ ਨਾਲ ਮਾੜੀ ਮੋਟੀ ਗੱਲਾਂ ਰੋਜ਼ ਹੀ ਹੁੰਦੀਆਂ ਨੇ। ਅਤੇ ਅੱਜ ਕੱਲ੍ਹ ਚਲੋ ਇਹ ਵੀ ਗੱਲ ਹੈਗੀ ਆ, ਕਿਸੇ ਨੂੰ ਰਾਹ ਨਾ ਉਹਨਾਂ ਦੇ ਉਹ ਸੜਕ ਤੋਂ, ਅਤੇ ਉਹ ਵੀ ਡੇਲੇ ਘੱਟ ਘੱਟ ਵੇਖੀ ਜਾਂਦਾ ਵੀ ਮੈਨੂੰ ਰਾਹ ਨਹੀਂ ਦਿੱਤਾ, ਪੇਸ਼ੈਂਸ ਖਤਮ ਹੋ ਗਈ ਆ ਖਾਸ ਕਰਕੇ ਨੌਜਵਾਨੀ ਦੀ। ਵਿਸ਼ਵਾਸ ਤਾਂ ਜੇ ਨਾਲ ਦਾ ਹੀ ਮਾਰਦੇ, ਕਹਿੰਦਾ ਨਾਲ ਦਾ ਬੰਦਾ ਹੀ ਮਾਰਦੇ, ਇਹ ਤੋਂ ਵੱਡਾ ਹੋਰ ਬੇਵਿਸ਼ਵਾਸੀ ਕੀ ਹੋ ਸਕਦਾ। ਮੈਂ ਸਮਝਦਾ ਕਿ ਇਹ ਜਿਹੜੇ ਰਿਸ਼ਤਾ ਨਾਲ ਰਹਿ ਕੇ, ਨਾਲ ਗੜਬਈ ਰਹਿ ਕੇ ਜਾਂ ਸੇਵਾਦਾਰ ਰਹਿ ਕੇ ਉਹ ਹੀ ਮਾਰ ਦਿੰਦੇ, ਅਤੇ ਇਹ ਤੋਂ ਵੱਡਾ ਹੋਰ ਵਿਸ਼ਵਾਸ ਘੱਟ ਕੀ ਹੋ ਸਕਦਾ। ਮੈਂ ਬਿਲਕੁਲ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦਾ ਕਿ ਉਹਦਾ ਜਿੰਨਾ ਚਿਰ ਫੜੋਗੇ ਨਾ ਉਨਾ ਚਿਰ ਅਸੀਂ ਸੰਸਕਾਰ ਨਹੀਂ ਗਾ ਕਰਨਾ, ਕਿਉਂਕਿ ਬੰਦਿਆਂ ਦਾ ਤਾਂ ਪਤਾ ਹੀ ਆ, ਬੰਦਾ ਤਾਂ ਤਾਂ ਵਿੱਚ ਕਈ ਰਹਾ ਹੁੰਦਾ, ਪਤਾ ਨਹੀਂ ਲੱਗਦਾ ਵੀ ਫਲਾਣਾ ਮਰ ਗਿਆ ਫਲਾਣਾ ਮਰ ਗਿਆ। ਉਹ ਤਰ੍ਹਾਂ ਪੁਲਿਸ ਨੇ ਜੋ ਹੁਣ ਤੱਕ ਦੀ ਕਾਰਵਾਈ ਕੀਤੀ ਉਹ ਸੈਟਿਸਫੈਕਟਰੀ ਹੈਗੀ ਜੋ ਮੈਨੂੰ ਇਹਨਾਂ ਦੱਸਿਆ, ਕਿਉਂਕਿ ਰਾਤ ਹੀ ਇੱਥੇ ਆਣ ਕੇ ਬੈਠੇ ਰਹੇ ਆ, ਅਤੇ ਉਹ ਇਹ ਨਹੀਂ ਕਿ ਕੋਈ ਪੁਲਿਸ ਦੀ ਕੋਈ ਢਿੱਲ ਨਹੀਂ ਹੈਗੀ, ਪਰ ਇਹਦੇ ਬਾਵਜੂਦ ਵੀ ਅਸੀਂ ਉਹਦੀ ਡਿੰਘਾਈ ਤੱਕ ਜਾਣਾ ਚਾਹੁੰਦੇ ਹਾਂ ਵੀ ਉਹਨੂੰ ਮਾਰਿਆ ਅਤੇ ਮਾਰਿਆ ਕਿਉਂ ਨਹੀਂ। ਮੇਰੇ ਨਾਲ ਉਹਨਾਂ ਨੇ ਕੋਈ ਕਦੇ ਗੱਲ ਨਹੀਂ ਕੀਤੀ ਇਹੋ ਜਿਹੀ। ਔਰ ਉੱਥੇ ਜੋ ਸੰਤਾਂ ਦਾ ਮੇਲਾ ਹੁੰਦਾ ਸੀ ਨਾ ਪੂਰੇ, ਸੰਤ ਕਰਤਾਰ ਸਿੰਘ ਖਾਲਸਾ ਪਿੰਡ ਮੇਰੇ ਪਿਤਾ ਜੀ ਦਾ, ਉੱਥੇ ਜਾ ਕੇ ਮੇਰੇ ਨਾਲ ਮੁੰਡੇ ਨਾਲ ਮੋਢਾ ਡਾ ਕੇ ਖਲੋਂਦਾ ਰਿਹਾ। ਭਾਈ ਅਮਰੀਕ ਸਿੰਘ ਦਾ ਮੇਲਾ ਹੁੰਦਾ ਸੀ ਚਾਹੇ ਸੰਤ ਜਰਨੈਲ ਸਿੰਘ ਦਾ, ਮੈਂ ਮਨਾਉਂਦਾ 4 ਮੇਲੇ ਮਨਾਉਂਦਾ ਮੈਂ ਹਰ ਸਾਲ ਉੱਥੇ ਪੂਰੇ, ਅਤੇ ਹਰ ਸਾਲ ਕਈ ਵਾਰ ਜਿਵੇਂ ਮੈਂ ਆਖਣਾ ਵੀ ਐਤਕੀ ਇਹ ਛੋਟਾ ਮੇਲਾ ਰਹਿਣ ਦੀਆਂ, ਉਹਨੇ ਕਹਿਣਾ ਨਹੀਂ ਲੰਗਰ ਦੀ ਸੇਵਾ ਮੈਂ ਕਰ ਦੂੰਗਾ ਅਤੇ ਆਪਾਂ ਭਾਈ ਸਾਹਿਬ ਮਨਾਈਏ ਜ਼ਰੂਰ, ਕੁਰਬਾਨੀ ਬੜੀ ਹੈ ਤੁਹਾਡੇ ਪਰਿਵਾਰ ਦੀ। ਠੀਕ ਹੈ ਨਾ, ਹੈ ਤਾਂ ਕੌਮ ਦਾ ਫਰਜ਼ ਬਣਦਾ ਹੈ ਮਨਾਉਣ ਦਾ, ਪਰ ਕਹਿੰਦਾ ਕਈ ਵਾਰ ਭੁੱਲ ਜਾਂਦੇ ਆ ਲੋਕ। ਮੈਂ ਸਮਝਦਾ ਮੇਰੀ ਸੱਜੀ ਬਾਂਹ ਭੱਜਣ ਵਾਲੀ ਗੱਲ ਹੋਈ ਆ, ਭਰਾ ਹੀ ਜੇ ਭਰਾ ਹੀ ਮਾਰਿਆ ਜਾਵੇ ਤੇ ਇਹ ਤਾਂ ਕੀ ਅਫਸੋਸ ਦੀ ਗੱਲ ਹੋਰ ਹੋ ਸਕਦੀ, ਭਰਾ ਹੀ ਮਾਰਦਾ। An excellent coaching point in IELTS and spoken English. Also expert in study and visitor visa. Government approved. SS Group. Session Chowk, Hoshiarpur.